ਨਿੰਜਾ ਦੇ ਫੈਨਸ ਹੋ ਜਾਂਦੇ ਯਾਰ ਕਿਉਂਕਿ ਨਿੰਜਾ ਨੇ ਆਪਣੇ ਫੈਨਸ ਨੂੰ ਆਪਣੇ ਜਨਮ ਦਿਨ ਦੇ ਮੌਕੇ ਦੇ ਉੱਪਰ ਦਿੱਤਾ ਹੈ ਇੱਕ ਬੇਹੱਦ ਹੀ ਸੁਰੀਲਾ ਜਿਹਾ ਸਰਪ੍ਰਾਈਜ਼ ਜੀ ਹਾਂ ਕੱਲ ਨਿੰਜਾ ਦਾ ਬਰਥਡੇ ਸੀ ਤੇ ਨਿੰਜਾ ਨੇ ਆਪਣੇ ਫੈਨਸ ਦੇ ਨਾਲ ਇੱਕ ਅਨਾਉਂਸਮੈਂਟ ਕੀਤੀ ਸਾਂਜੀ ਨਿੰਜਾ ਨੇ ਇੱਕ ਪੋਸਟਰ ਸ਼ੇਅਰ ਕੀਤਾ ਔਰ ਇਹ ਪੋਸਟਰ ਸੀ ਨਿੰਜਾ ਦੇ ਆਉਣ ਵਾਲੀ ਐਲਬਮ ਦਾ ਇਸ ਪੋਸਟਰ ਨੂੰ ਸ਼ੇਅਰ ਕਰਦੇ ਆ ਨਿੰਜਾ ਲਿਖਦੇ ਨੇ ਇਟਸ ਮਾਈ ਬਰਥਡੇ and i'm excited to announce that my first album the hood ਵਿਲ ਲਾਂਚ ਵੈਰੀ ਸੂਨ ਸੋ ਜੀ ਤੁਹਾਨੂੰ ਜਿੱਦਾਂ ਦਾ ਪਤਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਮੁੜ ਕੇ ਐਲਬਮ ਕਲਚਰ ਵਾਪਸ ਆ ਗਿਆ ਹੈ ਤੇ ਹੁਣ ਸਾਰੇ ਆਰਟਿਸਟ ਆਪਣੇ ਆਪਣੇ ਗੀਤਾਂ ਦੀ ਐਲਬਮਸ ਸ਼ੇਅਰ ਕਰ ਰਹੇ ਨੇ ਬਣਾ ਰਹੇ ਨੇ ਰਿਲੀਜ਼ ਕਰ ਰਹੇ ਨੇ ਫਿਰ ਨਿੰਜਾ ਕਿਦਾਂ ਪਿੱਛੇ ਰਹਿ ਸਕਦੇ ਸੀ ਤੇ ਯੈਸ ਫਾਈਨਲੀ ਨਿੰਜਾ ਆਪਣੀ ਪਹਿਲੀ ਐਲਬਮ ਦ ਹੁੱਡ ਬੇਹਦ ਜਲਦੀ ਰਿਲੀਜ਼ ਕਰਨ ਜਾ ਰਹੇ ਨੇ ਔਰ ਇਸ ਨੂੰ ਸ਼ੇਅਰ ਕਰਦੇ ਹਾਂ ਉਹਨਾਂ ਨੇ ਇਹ ਵੀ ਲਿਖਿਆ ਵਿਲ ਨੇਵਰ ਡਿਸਅਪਾਇੰਟ ਯਾਨੀ ਕਿ ਉਹ ਤੁਹਾਨੂੰ ਨਿਰਾਸ਼ ਨਹੀਂ ਕਰਨਗੇ ਵੈਲ ਇਹ ਤੇ ਪੱਕਾ ਸਾਬਤ ਹੋ ਦਾ ਇਹ ਜਦੋਂ ਨਿੰਜਾ ਆਉਂਦੇ ਨੇ ਉਹਨਾਂ ਦੇ ਗੀਤ ਇੰਨੇ ਜ਼ਿਆਦਾ ਸੋਹਣੇ ਖੂਬਸੂਰਤ ਹੁੰਦੇ ਨੇ ਕਿ ਬਦੋ ਬਦੀ ਉਹਨਾਂ ਨੂੰ ਬਾਰ-ਬਾਰ ਸੁਣਨ ਦਾ ਜੀ ਕਰਦਾ ਹੈ ਤੇ ਨਿੰਜਾ ਕਦੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕਰਦੇ ਵੈਲ ਇਸ ਪੋਸਟਰ ਦੇ ਵਿੱਚ ਤੁਸੀਂ ਨਿੰਜਾ ਨੂੰ ਇੱਕ ਕੂਲ ਜਿਹਾ ਐਕਸ਼ਨ ਕਰਦੇ ਦੇਖ ਰਹੇ ਹੋ ਤੇ ਤੁਹਾਨੂੰ ਉਦਾਸ ਦੀਏ ਕਿ ਇਸ ਐਲਬਮ ਨੂੰ ਨਿੰਜਾ ਜਿਹੜਾ ਹੈਗੇ ਨੇ ਉਹ ਐਸੋਸੀਏਸ਼ਨ ਵਿਦ ਖਾਕੀ ਐਂਟਰਟੇਨਮੈਂਟ ਐਂਡ ਬਲੈਕ ਡਾਇਮੰਡ ਲੈ ਕੇ ਆ ਰਹੇ ਨੇ ਔਰ ਅਨੂਪ ਕੁਮਾਰ ਦੀ ਇਹ ਪ੍ਰੈਜੈਂਟੇਸ਼ਨ ਹੈ ਇਸ ਐਲਬਮ ਦੇ ਵਿੱਚ ਕੁੱਲ 7 ਗਾਣੇ ਹੋਣ ਵਾਲੇ ਨੇ ਹਜੇ ਨਿੰਜਾ ਵੱਲੋਂ ਨਾ ਹੀ ਇਸ ਐਲਬਮ ਦੀ ਰਿਲੀਜ਼ ਡੇਟ ਰਿਵੀਲ ਕੀਤੀ ਗਈ ਹੈ ਤੇ ਨਾ ਹੀ ਇਸ ਐਲਬਮ ਦੇ ਟਰੈਕ ਲਿਸਟ ਯਾਨੀ ਕਿ ਗੀਤਾਂ ਦੇ ਨਾਮ ਸਾਂਝੇ ਕੀਤੇ ਗਏ ਨੇ ਤੇ ਨਾ ਹੀ ਮਿਊਜ਼ਿਕ ਅਕਟਰ ਬਾਰੇ ਕੁਝ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਇਸ ਐਲਬਮ ਦੇ ਗੀਤਾਂ ਨੂੰ ਕੌਣ ਆਪਣਾ 뮤직 ਦੇਵੇਗਾ ਉਸ ਦੇ ਨਾਲ ਹੀ ਨਿੰਜਾ ਨੇ ਆਪਣੇ ਜਨਮ ਦਿਨ ਦੀ ਸੈਲੀਬ੍ਰੇਸ਼ਨ ਦੀ ਵੀਡੀਓ ਵੀ ਸਾਂਝੀ ਕੀਤੀ ਜੋ ਕਿ ਉਹਨਾਂ ਨੇ ਆਪਣੇ ਇੰਡਸਟਰੀ ਦੇ ਖੂਬਸੂਰਤ ਯਾਰਾਂ ਦੇ ਨਾਲ ਸੈਲੀਬ੍ਰੇਟ ਕੀਤਾ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਿੰਜਾ ਨੂੰ ਬੱਬਲ ਰਾਏ ਜੱਸੀ ਗਿੱਲ ਹਾਰੀ ਸੰਦੂ ਵਿਸ਼ਾਲ ਕੌਸ਼ਲ ਸਾਰਿਆਂ ਨੇ ਸਰਪ੍ਰਾਈਜ਼ ਦਿੱਤਾ ਹੈਗਾ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ ਤੇ ਉਹਨਾਂ ਨੇ ਜਨਮ ਦਿਨ ਨੂੰ ਹੋਰ ਜ਼ਿਆਦਾ ਸਪੈਸ਼ਲ ਤੇ ਖਾਸ ਬਣਾ ਦਿੱਤਾ ਹੈ। ਵੈਲ ਜਿੱਥੇ ਨਿੰਜਾ ਤੁਹਾਡੇ ਸਾਰਿਆਂ ਦੇ ਲਈ ਗੀਤਾਂ ਦੇ ਐਲਬਮ ਲੈ ਕੇ ਆ ਰਹੇ ਨੇ ਉੱਤੇ ਹੀ ਤੁਹਾਨੂੰ ਦੱਸ ਦਈਏ ਕਿ ਨਿੰਜਾ ਦੀ ਫਿਲਮ ਫੇਰ ਮਾਮਲਾ ਗੜਬੜ ਹੈ ਬੇਹਤ ਜਲਦ ਰਿਲੀਜ਼ ਹੋਣ ਵਾਲੀ ਹੈ ਔਰ ਕੁਝ ਦਿਨ ਪਹਿਲਾਂ ਉਸ ਫਿਲਮ ਦਾ ਟੀਜ਼ਰ ਸਾਹਮਣੇ ਆਇਆ ਸੀ ਔਰ ਟੀਜ਼ਰ ਦੇ ਵਿੱਚ ਨਿੰਜਾ ਦੇ ਲੁੱਕ ਦੇਖ ਕੇ ਸਭ ਹੈਰਾਨ ਵੀ ਹੋ ਗਏ ਸੀ ਤੇ ਸਭ ਨੂੰ ਖੁਸ਼ੀ ਵੀ ਹੋਈ ਕਿਉਂਕਿ ਇੱਕ ਆਰਟਿਸਟ ਲਈ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਉਹ ਆਪਣੇ ਆਪ ਨੇ ਇੱਕ ਫੀਮੇਲ ਅਟਾਇਰ ਦੇ ਵਿੱਚ ਕੈਰੀ ਕਰਕੇ ਫੀਮੇਲ ਕਿਰਦਾਰ ਵਾਂਗ ਪਰਦੇ ਦੇ ਉੱਪਰ ਲੈ ਕੇ ਆ ਔਰ ਇਹ ਬਹੁਤ ਚੈਲੈਂਜਿੰਗ ਟਾਸਕ ਵੀ ਹੁੰਦਾ ਹੈਗਾ ਜੋ ਕਿ ਨਿੰਜਾ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਇਆ ਤੇ ਉਹ ਚੀਜ਼ ਪਰਦੇ ਦੇ ਉੱਪਰ ਵੀ ਦੇਖਣ ਨੂੰ ਮਿਲ ਰਹੀ ਹੈ ਵੈਲ ਨਿੰਜਾ ਦੀ ਇਹ ਫਿਲਮ ਬੇਹਤ ਜਲਦ ਰਿਲੀਜ਼ ਹੋਣ ਵਾਲੀ ਹੈ ਜਿੱਥੇ ਨਿੰਜਾ ਆਪਣੇ ਫੈਨਸ ਦੇ ਲਈ ਫਿਲਮਾਂ ਲੈ ਕੇ ਆਉਂਦੇ ਨੇ ਉਹ ਤਾਂ ਹੀ ਉਹ ਬੈਕ ਟੂ ਬੈਕ ਆਪਣੇ ਗੀਤਾਂ ਦੀ ਛੜੀ ਲਾ ਕੇ ਫੈਨਸ ਨੂੰ ਆਪਣੇ ਗੀਤਾਂ ਦੇ ਨਾਲ ਐਂਟਰਟੇਨ ਵੀ ਕਰਦੇ ਨੇ ਫਿਰ ਤੁਸੀਂ ਕਿੰਨੇ ਐਕਸਾਈਟਿਡ ਹੈਗੇ ਹੋ ਨਿੰਜਾ ਦੀ ਫਿਲਮ ਤੇ ਗੀਤਾਂ ਦੇ ਲਈ ਆਨ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਤੇ ਪੰਜਾਬੀ ਇੰਡਸਟਰੀ ਦੀ ਬਾਲੀਵੁੱਡ ਇੰਡਸਟਰੀ ਦੀ ਅਪਡੇਟ ਟਾਈਮਲੀ ਹਾਸਲ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ